ਨੀਂ ਮੈਂ ਸੱਸ ਕੁੱਟਣੀ ਅਤੇ ਉਹਦੇ ਵਿੱਚ ਬਹੁਤ ਅੱਛਾ ਬਾਖੂਬੀ ਕਿਰਦਾਰ ਨਿਭਾਇਆ ਜੀ ਮੀ ਟੂ ਸ਼ਟਰਾਂ ਵਾਲੇ ਜੀ ਨੇ। ਮੈਂ ਮਾਤਾ ਦੇ ਦਰਬਾਰ 'ਚ ਮੱਥਾ ਟੇਕਣ ਜਾ ਰਿਹਾ ਚਿੰਤਪੁਰਨੀ ਮਹਾਮਾਈ ਦੇ, ਅਤੇ ਮੈਨੂੰ ਉੱਥੇ ਬੱਸ ਵਿੱਚ ਫੋਨ ਆਉਂਦਾ ਵੀ ਤੈਨੂੰ ਅਸੀਂ ਫਿਲਮ 'ਚ ਲੈਣਾ। ਮੈਂ ਕਿਹਾ ਯਾਰ ਲੋਕ ਫੇਕ ਕਰਦੇ ਪਏ, ਕਾਫੀ ਲੋਕ ਮੇਰਾ ਮਤਲਬ ਮਜ਼ਾਕ ਬਣਾਈ ਜਾਂਦੇ ਸੀ, ਔਰ ਮੈਂ ਰੱਬ ਦੇ ਦੇਖੋ ਅਸੀਂ ਤਾਂ ਕਹੇ ਸਾਧਾਂ ਨੂੰ ਕਿ ਸਵਾਦਾਂ ਨਾਲ, ਠੀਕ ਹੈ ਜੀ। ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਭਾਅ ਜੀ ਮੈਂ ਤੁਹਾਨੂੰ ਕਿੱਦਾਂ ਪਹਿਚਾਣ, ਉਹਨਾਂ ਨੇ ਮੈਨੂੰ ਵੀਡੀਓ ਕਾਲਿੰਗ ਕੀਤੀ ਵੀ ਆਹ ਦੇਖੋ ਸਟੂਡੀਓ 'ਚ ਬੈਠੇ ਚੰਦੀ ਗੜਾਓ, ਤੁਹਾਨੂੰ ਸਵੇਰੇ ਕਾਰ ਲੈਣ ਆਏਗੀ, ਕਾਰ ਛੱਡ ਕੇ ਜਾਏਗੀ ਘਰ। ਮੈਂ ਕਿਹਾ ਮੈਨੂੰ ਯਕੀਨ ਹਜੇ ਵੀ ਨਹੀਂ ਹੋਇਆ। ਮੈਂ ਕਿਹਾ ਵੀ ਚਲ ਠੀਕ ਆ। ਮੈਂ ਉਹਨਾਂ ਨੂੰ 8 ਵਜੇ ਟਾਈਮ ਦਿੱਤਾ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਚਲੋ ਆ ਜਾਓ ਫਿਰ, ਅਤੇ ਜਦੋਂ ਆਫਿਸ ਜਾ ਕੇ ਗਏ ਅਤੇ ਫਿਰ ਪਤਾ ਲੱਗਾ ਵੀ ਵਾਕਈ ਯਾਰ ਮੈਨੂੰ ਫਿਲਮ 'ਚ ਲੈਣਾ ਚਾਹੁੰਦੇ। ਸਾਈਨ ਕੀਤੀ ਤੇ ਕੀ ਉਹਨਾਂ ਦੀ ਰਿਕੁਆਇਰਮੈਂਟ ਸੀ? ਦੇਖੋ ਜੀ, ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ, ਉਹਨੂੰ ਕਿਹਾ ਵੀ ਫਿਲਮ 'ਤੇ ਕੰਮ ਕਰਨਾ ਅਤੇ ਸਾਈਨ ਕਰ ਦੇ। ਮੈਂ ਪੇਪਰ ਸਾਈਨ ਕਰ ਦਿੱਤੇ ਅਤੇ ਉਹਨਾਂ ਨੇ ਕਿਹਾ ਵੀ ਕਿੰਨੇ ਪੈਸੇ ਲਏਗਾ। ਮੈਂ ਕਿਹਾ ਵੀ ਮੈਨੂੰ ਪੈਸਿਆਂ ਦਾ ਪਤਾ ਹੀ ਨਹੀਂ ਗਾ ਕੁਛ। ਮੈਂ ਕਿ ਮੈਂ ਉਹਨਾਂ ਨੂੰ ਕਿਹਾ ਤਾ ਵੀ ਇੱਕ ਦਿਨ ਦਾ 10,000 ਰੁਪਏ ਦੇ ਸਕਦੇ ਹੋ ਤੁਸੀਂ? ਉਹ ਕਹਿੰਦੇ ਦੇਖਾ ਇੱਕ ਦਿਨ ਦਾ 10,000 ਰੁਪਇਆ, ਮੈਂ ਰੱਬ ਨੂੰ ਕਹਾਂ ਕਿ ਤੂੰ ਕਿੱਥੇ ਹੈਗਾ ਵਾ, ਦੁਨੀਆ ਲੱਭਦੀ ਫਿਰਦੀ ਹੈ ਪਰ ਤੂੰ ਪਤਾ ਨਹੀਂ ਕਦੋਂ ਮਿਲ ਜਾਂਦਾ ਵਾ, ਕੁਛ ਨਹੀਂ ਪਤਾ ਲੱਗਦਾ। ਕਹਿੰਦੇ ਵਾਹ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪਟਣਾ ਇੱਧਰੋਂ ਲਾਉਣਾ, ਵੀ ਕਿਸੇ ਟਾਈਮ 'ਤੇ ਅਚਾਨਕ ਹੀ ਸਾਹਮਣੇ ਆਉਂਦਾ। ਉਸ ਟਾਈਮ 'ਤੇ ਮੇਰੇ ਇੰਨੇ ਹਾਲਾਤ ਮਾੜੇ ਆ ਕਿ ਮੇਰੇ ਕੋਲ ਕੱਪੜੇ ਨਵੇਂ ਲੈਣ ਵਾਸਤੇ ਪੈਸੇ ਨਹੀਂ ਸੀਗੇ, ਗੰਦੇ ਕੱਪੜਿਆਂ ਦੇ ਵਿੱਚ ਹੀ ਮੈਂ ਉੱਥੇ ਗਿਆ। ਜਦੋਂ ਮੇਰੇ ਕੱਪੜੇ ਦੇਖੇ ਕਹਿੰਦੇ ਯਾਰ ਵੀ ਬੰਦਾ ਬਹੁਤ ਮਾਤਾ ਸਾਥੀ ਬੰਦਾ ਆ। ਦੋ ਸਾਲ ਤੋਂ ਉਹ ਫਿਲਮ ਬਾਰੇ ਦੱਸਦਾ ਰਿਹਾ, ਨੀ ਮੈਂ ਸੱਸ ਕੁੱਟਣੀ ਪਾਰਟ ਟੂ, ਨੀ ਮੈਂ ਸੱਸ ਕੁੱਟਣੀ ਪਾਰਟ ਟੂ ਫਿਲਮ ਆ ਰਹੀ ਹੈ ਅਤੇ ਮੇਰੀ ਸਾਰੇ ਜਣੇ ਦੇਖੋ। ਜੀ ਖਾਨ ਨੂੰ ਕਿਹਾ, ਸਲੀਮ ਨੂੰ ਕਿਹਾ, ਕਲੇਰਕੰਠ ਭਾਅ ਜੀ ਨੂੰ ਕਹਿ ਦਿੱਤਾ, ਹੰਸਰਾਜ ਭਾਅ ਜੀ ਨੂੰ ਕਹਿ ਦਿੱਤਾ, ਯਾਨੀ ਕਿ ਵੱਡੇ ਵੱਡੇ ਸਿੰਗਰ ਆ ਜਿਹੜੇ ਜਿੰਨੇ ਵੀ ਵੱਡੇ ਵੱਡੇ ਸਿੰਗਰ ਸਾਰਿਆਂ ਨੂੰ ਕਹਿ ਦਿੱਤਾ। ਔਰ ਇੱਥੋਂ ਤੱਕ ਕਿ ਮੈਂ ਗੁਰਦਾਸ ਮਾਨ ਜੀ ਨੂੰ ਕਿਹਾ ਮੇਰੀ ਫਿਲਮ ਆ ਰਹੀ ਹੈ ਸਰ ਵੀ ਉਹਨੂੰ ਦੇਖੋ ਤੁਸੀਂ ਜਾ ਕੇ। ਵੱਡਿਆਂ ਵੱਡਿਆਂ ਸਿੰਗਰਾਂ ਸਾਰਿਆਂ ਨੂੰ ਕਹਿ ਦਿੱਤਾ, ਕਹਿੰਦੇ ਜੀ ਪਤਾ ਨਹੀਂ ਕਦੇ ਤੇਰਾ ਸੀਨ ਕੱਟ ਕੁੱਟ ਦਿੱਤਾ ਹੋਵੇ। ਮੈਂ ਕਿਹਾ ਵੀ ਕੱਟਣਗੇ ਨਹੀਂ, ਮੇਰੀ ਇੰਨੀ ਗਰੰਟੀ ਹੈ ਵੀ ਮੈਂ ਮਿਹਨਤ ਬਹੁਤ ਕੀਤੀ ਸੀ ਇਹਦੇ 'ਤੇ। ਅਤੇ ਬਾਕੀ ਮਾਤਾ ਚਿੰਤਪੁਰਨੀ ਨੇ ਕਿਰਪਾ ਕੀਤੀ, ਫਿਲਮ ਸਭ ਤੋਂ ਸੁਪਰ ਡੁਪਰ ਹਿੱਟ ਗਈ ਸੋਨੂੰ ਸੀਤੋ ਵਾਲੀ ਆ। ਉਹ ਬੰਦਾ ਨਸ਼ੇੜੀ ਬੰਦਾ, ਅੱਜ ਇੱਕ ਬੰਦੇ ਨੂੰ ਮੈਨੂੰ ਗਾਲਾਂ ਕੱਢ ਰਿਹਾ, ਬੜਾ ਦੁੱਖ ਲੱਗਾ ਯਾਰ, ਮੈਂ ਉਹਨੂੰ ਕਦੀ ਕੁਛ ਨਹੀਂ ਕਿਹਾ, ਅੱਜ ਉਹ ਮੈਨੂੰ ਇੰਨੀਆਂ ਗਾਲਾਂ ਕੱਢ ਰਿਹਾ। ਅਤੇ ਨਸ਼ੇੜੀ ਬੰਦੇ ਦੇ ਮੈਂ ਮੱਥੇ ਨਹੀਂ ਲੱਗਣਾ ਚਾਹੁੰਦਾ, ਪਰ ਸਰਕਾਰ 'ਤੇ ਅਪੀਲ ਕਰਨਾ ਚਾਹੁੰਦਾ ਵੀ ਇੱਦਾਂ ਦੇ ਨਸ਼ੇੜੀ ਜਿਹੜੇ ਬੰਦੇ ਹੈ ਉਹਨਾਂ ਨੂੰ ਤੁਸੀਂ ਨੱਥ ਪਾ ਕੇ ਰੱਖੋ। ਸੋਨੂੰ ਸੀਤੋ ਵਾਲੀ ਵਰਗੇ ਬੰਦੇ ਆ ਕੇ ਸਾਨੂੰ ਟਾਰਗੇਟ ਕਰਦੇ ਆ, ਬੜਾ ਮਨ ਜੀਵਨ। ਪਹਿਲੀ ਵੀਡੀਓ ਦੇ ਮੈਂ ਬਣਾਈ ਸੀਗੀ, ਉਹਦੀ ਮਦਦ ਵੀ ਕੀਤੀ ਸੀ ਬੰਦੇ ਦੀ ਮੈਂ, ਪਰ ਯਾਰ ਮਜ਼ਾ ਵੀ ਇਸ ਦੁਨੀਆ ਦੇ ਵਿੱਚ ਨਾ ਉਹਨਾਂ ਲੋਕਾਂ ਦਾ ਖੂਨ ਸਫੇਦ ਹੋ ਗਿਆ ਵਾ, ਜਿਹੜੇ ਨੂੰ ਪ੍ਰਮੋਟ ਕਰਦੇ ਪਏ ਉਹਨਾਂ ਦਾ ਵੀ ਹੋ ਗਿਆ ਵਾ। ਉਹ ਤਾਂ ਉਹਦੇ ਤਾਂ ਦਿਮਾਗ ਹੀ ਨਹੀਂ, ਮੱਧ ਬੁੱਧੀ ਜੋ ਤੁਸੀਂ ਕਿਹਾ ਤਾਂ ਬਸ ਉਹਨੇ ਬੋਲ ਦੇਣਾ, ਚਾਹੇ ਤੁਸੀਂ ਕੋਈ ਗਾਲ ਕਢਾ ਲਓ। ਪਰ ਯਾਰ ਇੱਦਾਂ ਨਹੀਂ ਯਾਰ, ਇਨਸਾਨ ਨੇ ਸਾਨੂੰ ਇੱਥੋਂ ਤੱਕ ਚੱਕਿਆ ਵਾ, ਜਿਹੜੇ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਸੀ ਲੋਕਾਂ ਨੂੰ ਕਿੱਦਾਂ ਭੁੱਲ ਜਾਈਏ। ਸੱਸ ਕੁੱਟਣੀ ਦੇ ਕੋਈ ਡਾਇਲੋਗ ਕਹਿੰਦਾ ਯਾਰ ਵੀ, ਮੈਂ ਕਹਾਂ ਯਾਰ ਉਹ ਸਾਰੀਆਂ ਵੋਟਾਂ ਕਿਹਨੂੰ ਪਈ ਜਾਂਦੀ ਪਈਆਂ? ਕਹਿੰਦਾ ਉਸਤਾਦ ਜੀ ਤੁਸੀਂ ਟੈਨਸ਼ਨ ਨਾ ਲਓ, ਅੰਦਰ ਖਾਤੇ ਸਾਡੇ ਕੋਈ। ਮੈਂ ਕਿਹਾ ਕਿਤੇ ਬਾਹਰਲੇ ਖਾਤੇ 'ਤੇ ਚੱਲ ਜਾਏ, ਉਹ ਦੇਖ ਤੇ ਲੈ ਪੰਗੂ। ਨਵੇਂ
ਨਮਸਕਾਰ ਸੇਂਟ ਸੋਲ ਦੇ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਇੱਕ ਐਸੇ ਫਨਕਾਰ ਦੇ ਕੋਲ ਜਿਨ੍ਹਾਂ ਨੇ ਪੂਰੀ ਦੁਨੀਆ ਦਾ ਮਨ ਜਿੱਤ ਲਿਆ ਹੈ। ਮਨ ਜਿੱਤਿਆ ਜਾਂਦਾ ਹੈ ਆਪਣੇ ਮਨ ਦੇ ਨਾਲ, ਆਪਣੀ ਸ਼ੌਹਰਤ ਦੇ ਨਾਲ ਅਤੇ ਆਪਣੇ ਭੋਲੇਪਨ ਦੇ ਨਾਲ। ਉਹ ਇੰਨੇ ਕੁ ਭੋਲੇ ਨੇ ਕਿ ਹਰ ਕੋਈ ਉਹਨਾਂ ਨੂੰ ਪਿਆਰ ਕਰਦਾ ਹੈ। ਅਤੇ ਗੱਲ ਕਰਦੇ ਹਾਂ ਫਿਲਮਾਂ ਦੇ ਦੌਰ ਦੀ, ਅੱਜ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਹਿੱਟ ਹੋ ਰਹੀਆਂ ਨੇ। ਜੇ ਫਿਲਮ ਦੀ ਗੱਲ ਕਰੀਏ ਨੀ ਮੈਂ ਸੱਸ ਕੁੱਟਣੀ, ਅਤੇ ਉਹਦੇ ਵਿੱਚ ਬਹੁਤ ਅੱਛਾ ਬਾਖੂਬੀ ਕਿਰਦਾਰ ਨਿਭਾਇਆ ਜੀ ਨੀ ਟੂ ਸ਼ਟਰਾਂ ਵਾਲੇ ਜੀ ਨੇ। ਅਤੇ ਅੱਜ ਸਾਡੇ ਨਾਲ ਉਹ ਬੈਠੇ ਨੇ ਅਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਅਤੇ ਕਰਦੇ ਹਾਂ ਇਸ ਫਿਲਮ ਬਾਰੇ ਵੀ ਬਹੁਤ ਸਾਰੀ ਗੱਪਸ਼ਪ। ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਪਹਿਲਾਂ ਰੱਬ ਦਾ ਨਾਮ ਲਊਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੁਰਜੀ ਫਤਿਹ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ, ਹਾਲੇਲੂਇਆ। ਜੈ ਮਸੀਹ ਜੀ, ਜੈ ਕਬੀਰ, ਧੰਨ ਕਬੀਰ, ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ ਲੋ। ਜਕਾਰਾ ਮਾਂ ਚਿੰਤਪੁਰਨੀ ਜੀ ਦਾ ਬੋਲ, ਸਾਚੇ ਦਰਬਾਰ ਕੀ ਜੈ। ਦੇਖੋ ਜੀ, ਜਿਹੜੀ ਫਿਲਮ ਹੈ ਇਹ ਮੈਂ ਮਾਤਾ ਦੇ ਦਰਬਾਰ 'ਚ ਮੱਥਾ ਟੇਕਣ ਜਾ ਰਿਹਾ ਚਿੰਤਪੁਰਨੀ ਮਹਾਮਾਈ ਦੇ, ਅਤੇ ਮੈਨੂੰ ਉੱਥੇ ਬੱਸ ਵਿੱਚ ਫੋਨ ਆਉਂਦਾ ਵੀ ਤੈਨੂੰ ਅਸੀਂ ਫਿਲਮ 'ਚ ਲੈਣਾ। ਮੈਂ ਕਿਹਾ ਯਾਰ ਲੋਕ ਫੇਕ ਕਰਦੇ ਪਏ, ਕਾਫੀ ਲੋਕ ਮੇਰਾ ਮਤਲਬ ਮਜ਼ਾਕ ਬਣਾਈ ਜਾਂਦੇ ਸੀ ਯਾਰ। ਮੈਂ ਰੱਬ ਦੇ ਦੇਖੋ, ਅਸੀਂ ਤਾਂ ਕਹੇ ਸਾਧਾਂ ਨੂੰ ਕਿ ਸਵਾਦਾਂ ਨਾਲ, ਠੀਕ ਹੈ ਜੀ। ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਭਾਅ ਜੀ ਮੈਂ ਤੁਹਾਨੂੰ ਕਿੱਦਾਂ ਪਹਿਚਾਣ, ਉਹਨਾਂ ਨੇ ਮੈਨੂੰ ਵੀਡੀਓ ਕਾਲਿੰਗ ਕੀਤੀ ਵੀ ਆਹ ਦੇਖੋ ਸਟੂਡੀਓ ਦੇ ਬੈਠੇ ਤੋਂ ਚੰਡੀਗੜ੍ਹ ਆਓ, ਤੁਹਾਨੂੰ ਸਵੇਰੇ ਕਾਰ ਲੈਣ ਆਏਗੀ, ਕਾਰ ਛੱਡ ਕੇ ਜਾਏਗੀ ਘਰ। ਮੈਂ ਕਿਹਾ ਮੈਨੂੰ ਯਕੀਨ ਹਜੇ ਵੀ ਨਹੀਂ ਹੋਇਆ। ਮੈਂ ਕਿਹਾ ਵੀ ਚੱਲ ਠੀਕ ਆ। ਮੈਂ ਉਹਨਾਂ ਨੂੰ 8 ਵਜੇ ਟਾਈਮ ਦਿੱਤਾ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਚਲੋ ਆ ਜਾਓ ਫਿਰ। ਅਤੇ ਜਦੋਂ ਆਫਿਸ ਜਾ ਕੇ ਗਏ ਅਤੇ ਫਿਰ ਪਤਾ ਲੱਗਾ ਵੀ ਵਾਕਈ ਯਾਰ ਮੈਨੂੰ ਫਿਲਮ 'ਚ ਲੈਣਾ ਚਾਹੁੰਦੇ ਜੀ। ਫਿਲਮ ਸਾਈਨ ਕੀਤੀ ਅਤੇ ਕੀ ਉਹਨਾਂ ਦੀ ਰਿਕੁਆਇਰਮੈਂਟ ਸੀ? ਦੇਖੋ ਜੀ, ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ। ਉਹਨਾਂ ਕਿਹਾ ਵੀ ਫਿਲਮ 'ਤੇ ਕੰਮ ਕਰਨ ਵਾਸਤੇ ਸਾਈਨ ਕਰ ਦੇ। ਮੈਂ ਪੇਪਰ 'ਚ ਸਾਈਨ ਕਰ ਦਿੱਤੇ ਅਤੇ ਉਹਨਾਂ ਨੇ ਕਿਹਾ ਵੀ ਕਿੰਨੇ ਪੈਸੇ ਲਏਗਾ? ਮੈਂ ਕਿਹਾ ਵੀ ਮੈਨੂੰ ਪੈਸਿਆਂ ਦਾ ਪਤਾ ਹੀ ਹੈ ਨਹੀਂਗਾ ਕੁਛ। ਮੈਂ ਕਿ ਮੈਂ ਉਹਨਾਂ ਨੂੰ ਕਿਹਾ ਤਾ ਵੀ ਇੱਕ ਦਿਨ ਦਾ 10,000 ਰੁਪਏ ਦੇ ਸਕਦੇ ਹੋ ਤੁਸੀਂ? ਉਹ ਕਹਿੰਦੇ ਦੇ ਦਾਂਗੇ। ਮੈਂ ਕਿਹਾ ਇੱਕ ਦਿਨ ਦਾ 10,000 ਰੁਪਈਆ? ਉਹ ਕਹਿੰਦੇ ਹਾਂ। ਮੈਂ ਕਿਹਾ ਯਾਰ ਵੀ ਇੰਨਾ ਹੀ ਤੁਸੀਂ ਝੂਠ ਮਾਰਦੇ। ਉਹ ਕਹਿੰਦਾ ਭਰਾਵਾ ਅਸੀਂ ਦੇ ਦਾਂਗੇ। ਮੈਂ ਕਿਹਾ ਜੀ ਦੇ ਦੋਗੇ ਸਰ? ਕਹਿੰਦਾ ਹੁਣ ਦੇ ਦਾਂਗੇ। ਮੈਂ ਕਿਹਾ ਵੀ ਮੈਂ ਰੱਬ ਨੂੰ ਕਹਾਂ ਕਿ ਤੂੰ ਕਿੱਥੇ ਹੈਗਾ ਵਾ, ਦੁਨੀਆ ਲੱਭਦੀ ਫਿਰਦੀ ਹੈ ਪਰ ਤੂੰ ਪਤਾ ਨਹੀਂ ਕਦੋਂ ਮਿਲ ਜਾਂਦਾ ਵਾ, ਕੁਛ ਨਹੀਂ ਪਤਾ ਲੱਗਦਾ। ਕਹਿੰਦੇ ਵਾਹ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪਟਣਾ ਇੱਧਰੋਂ ਲਾਉਣਾ। ਵੀ ਕਿਸੇ ਟਾਈਮ 'ਤੇ ਅਚਾਨਕ ਹੀ ਸਾਹਮਣੇ ਆਉਂਦਾ। ਉਸ ਟਾਈਮ 'ਤੇ ਮੇਰੇ ਇੰਨੇ ਹਾਲਾਤ ਮਾੜੇ ਆ ਕਿ ਮੇਰੇ ਕੋਲ ਕੱਪੜੇ ਨਵੇਂ ਲੈਣ ਵਾਸਤੇ ਵੀ ਪੈਸੇ ਨਹੀਂ ਸੀਗੇ। ਗੰਦੇ ਕੱਪੜਿਆਂ ਦੇ ਵਿੱਚ ਹੀ ਮੈਂ ਉੱਥੇ ਗਿਆ। ਜਦੋਂ ਮੇਰੇ ਕੱਪੜੇ ਦੇਖੇ ਕਹਿੰਦੇ ਯਾਰ ਵੀ ਬੰਦਾ ਬਹੁਤ ਮਾਤਰ ਸਾਥੀ ਬੰਦਾ ਆ, ਅਤੇ ਦੇ ਦਿਓ ਯਾਰ ਇਹ, ਇਹਨੂੰ 10,000 ਰੁਪਏ ਦੇ ਦਿਓ, ਕੋਈ ਗੱਲ ਨਹੀਂ। ਅਤੇ ਮੈਨੂੰ ਉਹਨਾਂ ਨੇ ਦੇ ਦਿੱਤਾ ਅਤੇ ਮੈਂ 4 ਦਿਨ ਕੰਮ ਕੀਤਾ। ਅਤੇ ਜਦੋਂ ਫਿਲਮ ਬਣ ਗਈ ਸਾਰੀ, ਅਤੇ ਉਹਦੇ ਵਿੱਚ ਪੰਗੂ ਭਾਅ ਜੀ ਹੈਗੇ ਸੀ ਮੇਰੇ ਨਾਲ, ਜਿਹਨਾਂ ਦਾ ਮੇਰਾ ਕਰੈਕਟਰ ਸੀਗਾ, ਔਰ ਵਾਰਨਿੰਗ ਫਿਲਮ ਦੇ ਵਿੱਚ ਵੀ ਆਏ ਭਾਅ ਜੀ ਉਹ। ਅਤੇ ਉਹਨਾਂ ਨੇ ਕੀਤਾ ਕਿ ਜਿਹੜੀਆਂ 20 ਫਿਲਮਾਂ ਕੀਤੀਆਂ ਉਹਨਾਂ ਨੇ, 20 ਫਿਲਮਾਂ ਦੇ ਵਿੱਚ ਉਹਨਾਂ ਦਾ ਕਿਰਦਾਰ ਸੀਗਾ, ਅਤੇ ਵਿਚਾਰੇ ਉਹਨਾਂ ਨੇ ਸੁਸਾਈਡ ਕਰ ਲਿਆ। ਬੜਾ ਦੁੱਖ ਲੱਗਾ, ਕਿਸੇ ਨੇ ਉਹਨਾਂ ਦੇ ਪੈਸੇ ਮਾਰ ਲਏ। ਬੰਨਾ ਉਹਦਾ ਕੁਛ ਨਹੀਂ ਜਿੰਨੇ ਜਿਹੜਾ ਕਿਸੇ ਦੇ ਪੈਸੇ ਮਾਰਿਆ, ਕਿਉਂਕਿ ਬੰਦਾ ਆਪਣੀ ਆਤਮ ਹੱਤਿਆ ਕਰ ਗਿਆ ਵਿਚਾਰਾ, ਸਾਰਾ ਕੁਛ ਛੱਡ ਗਿਆ। ਬੜਾ ਦੁੱਖ ਲੱਗਾ ਭੰਗੂ ਭਾਅ ਜੀ ਵਾਸਤੇ, ਬਹੁਤ ਕਬੱਡੀ ਦਾ ਪਲੇਅਰ ਸੀਗਾ। ਸੋ ਬਹੁਤ ਦੁੱਖ ਲੱਗਾ, ਪੰਜਾਬ ਨੂੰ ਨਹੀਂ ਇੰਡੀਆ ਨੂੰ, ਪੂਰੇ ਭਾਰਤ ਦੇਸ਼ ਨੂੰ ਘਾਟਾ ਉਸ ਬੰਦੇ ਦਾ। ਅੱਜ ਵੀ ਮੈਂ ਉਸ ਬੰਦੇ ਨੂੰ ਯਾਦ ਕਰਦਾ। ਇੱਕ ਇੱਕ ਦਿਨ, 4 ਦਿਨ ਆਪਾਂ ਕਿੱਦਾਂ ਕੱਢੇ ਬੈਂਟਰੀ ਵਿੱਚ, ਬੱਸ ਵਿੱਚ, ਔਰ ਇੱਕ ਰੂਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ, ਇਕੱਠੇ ਖਾਂਦੇ ਰਹੇ, ਇਕੱਠੇ ਬਹਿੰਦੇ ਰਹੇ ਯਾਰ। 4 ਦਿਨ ਦਾ ਉਹ 4 ਦਿਨ ਦਾ ਸਫ਼ਰ ਬਹੁਤ ਲੰਮਾ ਸੀਗਾ ਮੇਰੇ ਵਾਸਤੇ। 4 ਦਿਨ ਦਾ ਸਫ਼ਰ ਮੈਨੂੰ ਜ਼ਿੰਦਗੀ 'ਚ ਨਹੀਂ ਭੁੱਲਣਾ। 20 ਫਿਲਮਾਂ ਜਿਨ੍ਹਾਂ ਨੇ ਕੰਮ ਕੀਤਾ, ਔਰ ਉਹਨਾਂ ਨੇ ਮੇਰੇ ਨਾਲ ਕੰਮ ਕਰਨ ਤੋਂ ਬਾਅਦ ਵੀ ਉਹਦਾ ਨਾਮ ਭੰਗੂ ਭਾਈ ਦਾ ਹੋਰ ਵੀ ਹੋ ਗਿਆ। ਅਤੇ ਉਹ ਜਿਹੜੀ ਫਿਲਮ ਸੀ, ਤਕਰੀਬਨ ਮੈਂ 2 ਸਾਲ ਤੋਂ ਉਹ ਫਿਲਮ ਬਾਰੇ ਦੱਸਦਾ ਰਿਹਾ। ਨੀ ਮੈਂ ਸੱਸ ਕੁੱਟਣੀ ਪਾਰਟ 2, ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਆ ਰਹੀ ਹੈ, ਅਤੇ ਮੇਰੀ ਸਾਰੇ ਜਣੇ ਦੇਖੋ, ਜੀ ਖਾਨ ਨੂੰ ਕਿਹਾ, ਸਲੀਮ ਨੂੰ ਕਿਹਾ, ਕਲੇਰਕੰਠ ਭਾਅ ਜੀ ਨੂੰ ਕਹਿਤਾ, ਹੰਸਰਾਜ ਭਾਅ ਜੀ ਨੂੰ ਕਹਿ ਦਿੱਤਾ, ਯਾਨੀ ਕਿ ਵੱਡੇ ਵੱਡੇ ਸਿੰਗਰ ਆ ਜਿਹੜੇ, ਜਿੰਨੇ ਵੀ ਵੱਡੇ ਵੱਡੇ ਸਿੰਗਰ, ਸਾਰਿਆਂ ਨੂੰ ਕਹਿ ਦਿੱਤਾ। ਔਰ ਇੱਥੋਂ ਤੱਕ ਕਿ ਮੈਂ ਗੁਰਦਾਸ ਮਾਨ ਜੀ ਨੂੰ ਕਿਹਾ ਮੇਰੀ ਫਿਲਮ ਆ ਰਹੀ ਹੈ ਸਰ, ਵੀ ਉਹਨੂੰ ਦੇਖੋ ਤੁਸੀਂ ਜਾ ਕੇ।
ਵੱਡਿਆਂ ਵੱਡਿਆਂ ਸਿੰਗਰਾਂ ਸਾਰਿਆਂ ਨੂੰ ਕਹਿ ਦਿੱਤਾ, ਕਹਿੰਦੇ ਜੀ ਪਤਾ ਨਹੀਂ ਕਦੇ ਤੇਰਾ ਸੀਨ ਕੱਟ ਕੁੱਟਣਾ ਤਾ ਹੋਵੇ। ਮੈਂ ਕਿਹਾ ਵੀ ਕੱਟਣਗੇ ਨਹੀਂ, ਮੇਰੀ ਇੰਨੀ ਗਰੰਟੀ ਹੈ ਵੀ ਮੈਂ ਮਿਹਨਤ ਬਹੁਤ ਕੀਤੀ ਸੀ ਇਹਦੇ 'ਤੇ। ਅਤੇ ਬਾਕੀ ਮਾਤਾ ਚਿੰਤਪੁਰਨੀ ਨੇ ਕਿਰਪਾ ਕੀਤੀ, ਫਿਲਮ ਸਭ ਤੋਂ ਸੁਪਰ ਡੁਪਰ ਹਿੱਟ ਗਈ। ਔਰ ਜਿਹੜੀ ਕਲਕੀ ਫਿਲਮ ਹੈ ਨਾ, ਇੰਨੀ ਫਿਲਮ ਉਹ ਨਹੀਂ ਚੱਲੂਗੀ ਜਿੰਨੀ ਸਾਡੀ ਨੀ ਮੈਂ ਸੱਸ ਕੁੱਟਣੀ ਪਾਰਟ 2 ਚੱਲੇਗੀ। 1 ਵਿੱਚ ਗੋਪੀ ਲੁੰਗਿਆ ਸੀਗਾ, 2 ਵਿੱਚ ਮੈਂ ਵਾਂ। 2 ਵਿੱਚ ਮਤਲਬ ਮੇਰੀ ਰੱਬ ਨੇ ਡਿਊਟੀ ਲਾ ਦਿੱਤੀ, ਸੋ ਪਰਮਾਤਮਾ ਨੇ ਲੋਕਾਂ ਨੇ ਬੜਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਵੀ ਮੇਰੀ ਟਿਕਟ ਵੀ ਬਾਹਰਲੇ ਦੇਸ਼ਾਂ ਨੇ, ਮੇਰੇ ਜਿੰਨੇ NRI ਵੀਰ ਹੈ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। NRI ਬੰਦੇ ਬਹੁਤ ਵਧੀਆ ਨੇ, ਰਾਜੇ ਮਹਾਰਾਜੇ ਜਿਹੜੇ ਕਹਿੰਦੇ ਨਾ ਉਹ ਬੰਦੇ ਨੇ ਉਹ ਜੀ। ਉਹਨਾਂ ਨੇ ਕਲਿੱਪਾਂ ਪਾਈਆਂ ਛੋਟੀ ਛੋਟੀ, ਬਾਹਰਲੇ ਦੇਸ਼ 'ਚ ਪੂਰੇ ਨੀ ਮੈਂ ਸੱਸ ਕੁੱਟਣੀ ਪਾਰਟ 2 ਦੀ ਫਿਲਮ ਦੀ ਆ ਕਲਿੱਪਾਂ ਪੈ ਚੁੱਕੀਆਂ, ਇੰਗਲੈਂਡ, ਅਮੈਰੀਕਾ, US, ਜਪਾਨ, ਮੈਂ ਕਦੇ ਗਿਆ ਵੀ ਨਹੀਂ ਗਾ, ਦੁਬਈ ਵੀ ਨਹੀਂ ਮੈਂ ਕਦੇ ਗਿਆ, ਅਤੇ ਲੇਕਿਨ ਉੱਥੇ ਵੀ ਮੇਰੀਆਂ ਕਲਿੱਪਾਂ ਵਾਇਰਲ ਹੋਈਆਂ ਪਈਆਂ। ਮੈਂ ਤਾਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸੋ ਸਾਰੇ NRI ਵੀਰਾਂ ਦਾ। ਇਸ ਜਨਮ 'ਚ ਮੈਂ ਉਹਨਾਂ ਦਾ ਦਿਨਾਂ ਨਹੀਂ ਦੇ ਸਕਦਾ, ਕਿਉਂਕਿ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਵੋਟਾਂ ਵੇਲੇ ਵੀ। ਔਰ ਸਾਡੀ ਇਹ ਪਾਰਟੀ ਜਿਹੜੇ ਚਿੰਕੂ ਸ਼ੀਸ਼ਿਆਂ ਵਾਲੇ, ਉਹਨਾਂ ਨੇ ਵੀ ਮੈਨੂੰ ਬਹੁਤ ਵਧਾਈਆਂ ਦਿੱਤੀਆਂ ਵੀ ਚਿੰਕੂ ਸ਼ੀਸ਼ਿਆਂ ਵਾਲੇ ਬਸਤੀ ਦਾਨ ਉੱਥੇ ਸ਼ਕਤੀ ਪਾਰਕ ਲੱਗੇ, ਅਤੇ ਮੈਨੂੰ ਉਹਨਾਂ ਨੇ ਬੜੀਆਂ ਵਧਾਈਆਂ, ਸਰਦਾਰ ਸੁੱਚਾ ਸਿੰਘ ਜੀ ਉਹਨਾਂ ਨੇ ਬੜੀਆਂ ਵਧਾਈਆਂ ਦਿੱਤੀਆਂ, ਦਮਨ ਭਾਜੀ ਨਕੋਦਰ ਤੋਂ ਉਹਨਾਂ ਨੇ ਬੜੀਆਂ ਵਧਾਈਆਂ ਦਿੱਤੀਆਂ, ਵਿੱਕੀ ਸਾਹਿਬ ਨੇ ਬੜੀਆਂ ਵਧਾਈਆਂ ਦਿੱਤੀਆਂ, ਹੋਰ ਬੜੇ ਸੱਜਣਾਂ ਨੇ ਦਿੱਤੀਆਂ। ਅਤੇ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਯਾਰ ਵੀ ਇੰਨੇ ਲੋਕਾਂ ਨੇ ਮੇਰੀ ਫਿਲਮ ਦੇਖੀ, ਉਹਨਾਂ ਦੀ ਫੈਮਿਲੀ ਨੇ ਫਿਲਮ ਦੇਖੀ, ਸਾਰੀ ਫੈਮਿਲੀ ਨੇ ਫਿਲਮ ਦੇਖਣ ਤੋਂ ਬਾਅਦ ਵੀ ਕਿਹਾ ਯਾਰ ਨੀਟੂ ਨੇ ਜਿਹੜੀ ਆਹ ਫਿਲਮ ਕੀਤੀ ਹੈ ਨਾ, ਇਸ ਤੋਂ ਬਾਅਦ ਉਹਨੂੰ ਫਿਲਮਾਂ ਦਾ ਕਦੇ ਘਾਟਾ ਨਹੀਂ ਪਏਗਾ। ਅਤੇ ਉਹ ਦੇਖੋ ਜੀ, ਮਾਤਾ ਚਿੰਤਪੁਰਨੀ ਦੀ ਕਿਰਪਾ, ਰੱਬ ਦੀ ਕਿਰਪਾ, ਪੀਰਾਂ ਦੀ ਕਿਰਪਾ, ਗੌਂਸ ਪਾਕ 11ਵੇਂ ਵਾਲੀ ਸੱਚੀ ਸਰਕਾਰ ਦੀ ਕਿਰਪਾ, ਉਸ ਵਾਹਿਗੁਰੂ ਦੀ ਕਿਰਪਾ ਨਾਲ 3 ਫਿਲਮਾਂ, ਵੱਡੀਆਂ ਫਿਲਮਾਂ ਜਿਹੜੀਆਂ ਕਿ ਅਸੀਂ ਸੈਨ ਕਰ, 2 ਫਿਲਮਾਂ ਸੈਨ ਕਰਤੀਆਂ, 1 ਤੀਜੀ ਸੈਨ ਕਰਨ ਜਾਣੀ ਜੀ, ਉਹਦਾ ਕੱਲ੍ਹ ਹੀ ਸਾਡੀ ਗੱਲ ਹੋਈ ਹੈ। ਅਤੇ ਉਹਨਾਂ ਨਾਲ ਅੱਜ ਅਸੀਂ ਉਹਨਾਂ ਨੂੰ ਅੱਜ ਕੱਲ੍ਹ ਦੇ ਵਿੱਚ ਮਿਲ ਕੇ ਉਹਨਾਂ ਨਾਲ ਅਸੀਂ ਕਲੀਅਰ ਕਰ ਲੈਣਾ ਜੀ। ਕਹਿੰਦੇ ਨਾ ਕਰੇ ਕਰਾਏ ਆਪੇ ਆਪ, ਮਾਨਸ ਕੇ ਕਿਸਨਾ ਹੀ ਹਾਰ। ਸੋ ਬੰਦੇ ਦੇ ਹੱਥ 'ਚ ਕੁਛ ਨਹੀਂ, ਪਰ ਪਰਮਾਤਮਾ ਜੋ ਤੁਹਾਨੂੰ ਲਿਵ ਲਾਉਂਦਾ ਹੈ, ਤੁਹਾਨੂੰ ਅੱਗੇ ਤੋਰਦਾ ਹੈ, ਅਤੇ ਉਹ ਉਂਗਲੀ ਫੜ ਕੇ ਲੈ ਜਾਂਦਾ ਹੈ ਕਿ ਇਹ ਚੀਜ਼ਾਂ ਮੈਂ ਤੇਰੇ ਲਈ ਰੱਖੀਆਂ, ਤੂੰ ਘਬਰਾ ਨਾ। ਬਾਕੀ ਗੱਲ ਕਰਦੇ ਹਾਂ ਵੋਟਾਂ ਦੀ, ਹਾਰ ਜਿੱਤ ਦੀ ਉਹ ਅਲੱਗ ਮੈਟਰ ਹੈ, ਤੁਸੀਂ ਹਾਰੇ ਹੋ, ਤੁਸੀਂ ਜਿੱਤੇ ਹੋ, ਉਹ ਅਲੱਗ ਮੈਟਰ ਹੈ, ਪਰ ਤੁਸੀਂ ਪੂਰੇ ਆਵਾਮ ਦਾ ਦਿਲ ਜਿੱਤਿਆ। ਮੈਂ ਇੱਕ ਗੱਲ ਹੋਰ ਕਰ ਜਾਂਦਾ ਕਿ ਜਦ ਵੀ ਕਿਸੇ ਨੂੰ ਮੈਂ, ਮੇਰੀ ਆਦਤ ਆ ਕਿ ਜੇ ਕੋਈ ਬੰਦਾ ਥੱਲੇ ਡਿੱਗਾ ਮੈਂ ਉਹਨੂੰ ਹਮੇਸ਼ਾ ਕਹਿੰਦਾ ਯਾਰ ਤੂੰ ਅੱਗੇ ਵੱਧ, ਮੈਂ ਹਰ ਕਿਸੇ ਸਪੋਰਟ ਕਰਦਾ, ਮੈਂ ਕਦੀ ਕਿਸੇ ਨੂੰ ਦੁਖੀ ਨਹੀਂ ਕੀਤਾ। ਔਰ ਇੱਕ ਗਰੀਬ ਬੰਦਾ ਕਿ ਜਿਹੜਾ ਕਿ ਬਹੁਤ ਗਰੀਬ ਬੰਦਾ ਜਿਹਦਾ ਨਾਮ ਅੱਜ ਬਹੁਤ ਹੋ ਰਿਹਾ, ਸੋਨੂ ਸੀਤੋਵਾਲੀਆ, ਉਹ ਬੰਦਾ ਨਸ਼ੇੜੀ ਬੰਦਾ, ਅੱਜ ਇੱਕ ਬੰਦੇ ਨੂੰ ਮੈਨੂੰ ਗਾਲਾਂ ਕੱਢ ਰਿਹਾ, ਬੜਾ ਦੁੱਖ ਲੱਗਾ ਯਾਰ, ਮੈਂ ਉਹਨੂੰ ਕਦੀ ਕੁਛ ਨਹੀਂ ਕਿਹਾ, ਅੱਜ ਉਹ ਮੈਨੂੰ ਇੰਨੀਆਂ ਗਾਲਾਂ ਕੱਢ ਰਿਹਾ, ਅਤੇ ਨਸ਼ੇੜੀ ਬੰਦੇ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ, ਪਰ ਸਰਕਾਰ ਤੋਂ ਅਪੀਲ ਕਰਨਾ ਚਾਹੁੰਦਾ ਵੀ ਇੱਦਾਂ ਦੇ ਨਸ਼ੇੜੀ ਜਿਹੜੇ ਬੰਦੇ ਹੈ ਉਹਨਾਂ ਨੂੰ ਤੁਸੀਂ ਨੱਥ ਪਾ ਕੇ ਰੱਖੋ, ਤਾਂ ਕਿ ਦੂਸਰੇ ਦੇ ਬਾਰੇ ਬੁਰਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਉਹਨੇ ਮੇਰਾ ਖਿਆਲ ਹੈ ਮੈਨੂੰ ਗਾਲ ਕੱਢਣ ਵਾਸਤੇ ਵੀ 1 ਹਫ਼ਤਾ ਪ੍ਰੈਕਟਿਸ ਕੀਤੀ ਹੋਣੀ, 1 ਹਫ਼ਤਾ ਪ੍ਰੈਕਟਿਸ ਕਰਕੇ ਫਿਰ ਉਹਨੇ ਮੈਨੂੰ ਗਾਲ ਕੱਢੀ ਹੋਣੀ ਵੀ ਆਹ ਗਾਲ ਇੱਦਾਂ ਇੱਦਾਂ ਕੱਢਣੀ ਹੈ, ਕਿਉਂਕਿ ਜਿਹੜੇ 5-7 ਯਾਰ ਉਹਦੇ ਨਾਲ ਤੁਰੇ ਫਿਰਦੇ ਆ ਉਹੀ ਉਹ ਜੋ ਤਸਵੀਰ ਸੁਣਦੇ ਉਹੀ ਉਹ ਦੇਖੋ। ਬਾਕੀ ਦੇਖੋ ਲੈਜੈਂਡ ਕੋਈ ਵੀ ਨਹੀਂ ਗਾ, ਲੈਜੈਂਡ ਇੱਕੋ ਹੀ ਬੰਦਾ ਸੀ, ਉਹ ਆ ਸਿੱਧੂ ਮੂਸੇਵਾਲਾ। ਉਸ ਤੋਂ ਉੱਤੇ ਮੈਂ ਲੈਜੈਂਡ ਨਾ ਦੇਖਿਆ, ਨਾ ਹੀ ਦੇਖਿਆ, ਨਾ ਹੀ ਕੋਈ ਮਿਲਿਆ, ਨਾ ਹੀ ਹੋਏਗਾ। ਠੀਕ ਹੈ ਬਾਕੀ ਵੀ ਹੈਗੇ ਆ, ਪਰ ਜੋ ਉਹਨੇ ਆਪਣੀ ਮਿਹਨਤ ਨਾਲ ਗੀਤ ਲਿਖੇ, ਜੋ ਆਪਣੇ ਕੀਤਾ, ਅਸੀਂ ਵੀ ਅਸੀਂ ਉਹਦੇ ਸਿੱਧੂ ਮੂਸੇਵਾਲੇ ਦੀ ਪੈਰ ਦੀ ਜੁੱਤੀ ਵੀ ਨਹੀਂ ਬਣ ਸਕਦੇ। ਦੂਰ ਦੀ ਗੱਲ ਕੀ ਲੈਣਾ ਸੀ, ਉਹਦੇ ਖਿਆਲ ਆ ਤਾਂ ਦੂਰ ਰਹਿ ਗਏ, ਉਹਦੇ ਪੈਰ ਦੀ ਜੁੱਤੀ ਵੀ ਨਹੀਂ ਬਣ ਸਕਦੇ। ਪਰ ਇੱਦਾਂ ਦੇ ਫੁਕਰੇ ਬੰਦੇ, ਸੋਨੂੰ ਸੀਤੋਵਾਲੀਆ ਵਰਗੇ ਬੰਦੇ ਆ ਕੇ ਸਾਨੂੰ ਟਾਰਗੇਟ ਕਰਦੇ ਆ, ਬੜਾ ਮਨ ਨੂੰ ਜੀਵਨ। ਪਹਿਲੀ ਵੀਡੀਓ ਦੇ ਨਾਲ ਮੈਂ ਬਣਾਈ ਸੀਗੀ, ਉਹਦੀ ਮਦਦ ਵੀ ਕੀਤੀ ਸੀ ਬੰਦੇ ਦੀ ਮੈਂ, ਪਰ ਯਾਰ ਮਜ਼ਾ ਵੀ ਇਸ ਦੁਨੀਆ ਦੇ ਵਿੱਚ ਨਾ ਉਹਨਾਂ ਲੋਕਾਂ ਦਾ ਖੂਨ ਸਫੇਦ ਹੋ ਗਿਆ ਵਾ, ਜਿਹੜੇ ਨੂੰ ਪ੍ਰਮੋਟ ਕਰਦੇ ਪਏ ਉਹਨਾਂ ਦਾ ਵੀ ਹੋ ਗਿਆ ਵਾ,
ਉਹ ਤਾਂ ਉਹਦੇ ਤਾਂ ਦਿਮਾਗ ਹੀ ਨਹੀਂ, ਮੱਦ ਬੁੱਧੀ ਜੋ ਉਹਨੂੰ ਤੁਸੀਂ ਕਿਹਾ ਤਾਂ ਬਸ ਉਹਨੇ ਬੋਲ ਦੇਣਾ, ਚਾਹੇ ਤੁਸੀਂ ਕੋਈ ਗਾਲ ਕਢਾ ਲਓ। ਪਰ ਯਾਰ ਇੱਦਾਂ ਨਹੀਂ ਯਾਰ, ਇਨਸਾਨ ਨੇ ਸਾਨੂੰ ਇੱਥੋਂ ਤੱਕ ਚੱਕਿਆ ਵਾ, ਜਿਹੜੇ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਅਸੀਂ ਲੋਕਾਂ ਨੂੰ ਕਿੱਦਾਂ ਭੁੱਲ ਜਾਈਏ। ਉਹਨਾਂ ਲੋਕਾਂ ਦੀ ਬਦੌਲਤ ਅੱਜ ਮੈਂ ਨੀਮਾ ਸੱਸ ਕੁੱਟਣੀ ਪਾਰਟ ਟੂ ਫਿਲਮ ਦੇ ਵਿੱਚ ਆਇਆ। ਮੇਰਾ ਕੋਈ ਨਹੀਂ ਹੈਗਾ, ਲੋਕਾਂ ਨੇ ਸਪੋਰਟ ਕੀਤੀ ਹੈ, ਲੋਕਾਂ ਨੇ ਦਰਿਆ ਦਿਲ ਦਿਖਾਇਆ ਅਤੇ ਮੈਂ ਅੱਜ ਇੱਥੇ ਪਹੁੰਚਿਆ। ਅੱਜ ਜਿਹੜੀ ਫਿਲਮਾਂ 'ਚ ਆ ਰਿਹਾ, ਜਿਹੜੇ ਗਾਣੇ, ਮੈਂ ਕਦੇ ਵੀ ਨਹੀਂ ਇਸ ਗੱਲ ਨੂੰ ਭੁੱਲੂੰਗਾ। ਕਿਉਂ ਭੁੱਲਾਂ? ਕਿਉਂਕਿ ਇਹ ਲੋਕਾਂ ਨੇ ਸਪੋਰਟ ਕੀਤੀ ਹੈ ਮੈਨੂੰ। ਲੋਕ ਮੇਰੇ ਘਰ ਦੇ ਕਈ ਵਾਰ ਕਹਿੰਦੇ ਯਾਰ ਵੀ ਤੂੰ ਹਰ ਕਿਸੇ ਬੰਦੇ ਨਾਲ ਵੀ ਚੱਲ ਜਾਂਦਾ, ਜੇ ਭੁੰਜੇ ਬੈਠਾ ਨਾ ਭੁੰਜੇ ਬੈਠ ਜਾਣਾ, ਇਹ ਕੋਈ ਗੱਲ ਥੋੜ੍ਹੀ, ਤੂੰ ਡਰਾਮਾ ਕਰਾਂ। ਮੈਂ ਕਿਹਾ ਡਰਾਮਾ ਨਹੀਂ ਯਾਰ, ਮੈਂ ਬਿਲਕੁਲ ਵੀ ਜਿੱਦਾਂ ਚੱਲਦਾ ਅਸੀਂ ਉਹਦੇ ਨਹੀਂ ਉਹਦੇ ਨਾਲ ਰਹੀਦਾ, ਵੀ ਨਹੀਂ ਭਰਾਵਾ ਅਸੀਂ ਤੇਰੇ ਵਰਗੇ ਹਾਂ ਕਿ ਕੋਈ ਬਹੁਤੇ ਨਹੀਂ। ਪਰ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ, ਵੱਡੇ ਵੱਡੇ ਦੇਖੋ ਕਾਰੋਬਾਰ ਸਾਰੇ ਬੰਦ ਆ, ਕਾਰਪੈਂਟਰ, ਮਜ਼ਦੂਰ, ਮਿਸਤਰੀ, ਪਲੰਬਰ, ਸ਼ੀਸ਼ੇ ਵਾਲਾ, ਪੇਂਟ ਵਾਲਾ, ਸ਼ਟਰਾਂ ਵਾਲਾ, ਗੇਟ ਗ੍ਰਿਲਾਂ ਵਾਲਾ, ਸਾਰੇ ਦੁਖੀ ਹੈ। ਸਰਕਾਰਾਂ ਤੋਂ ਕੀ ਮੰਗ ਕਹੀਂ ਕਰਦੇ ਹਾਂ ਵੀ ਸਰਕਾਰ ਸਾਡੇ ਕਾਰੋਬਾਰ ਚਲਾਵੇ, ਨਾ ਸਾਨੂੰ ਇਲੈਕਸ਼ਨ ਦੀ ਲੋੜ ਪਵੇ, ਨਾ ਸਾਨੂੰ ਕੋਈ ਇਨਸਾਨੀਅਤ ਨਹੀਂ ਸਾਡੀ ਸਮਝ ਰਿਹਾ। ਪਰ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਮੈਂ ਤੁਹਾਨੂੰ ਸਾਰੀ ਫੈਮਲੀ ਆਪਣੀ ਲੈ ਕੇ ਜਾਊਂਗਾ ਜੀ। ਜੀ, ਵੈਸੇ ਤੁਹਾਡਾ ਆਪਣਾ ਜਿਹੜਾ ਆਪਣਾ ਸ਼ੌਂਕ ਹੈ, ਆਪਣਾ ਇੱਕ ਰੁਆਬ ਹੈ, ਉਹ ਕਿੱਦਾਂ ਦਾ ਸੀਗਾ ਕਿ ਤੁਸੀਂ ਕੋਮੇਡੀ ਕਰਨੀ ਹੈ, ਸੀਰੀਅਸ ਰੋਲ ਕਰਨੇ ਆ ਜਾਂ ਫਿਰ ਵਿਲਨ ਵਾਲੇ ਰੋਲ ਕਰਨੇ ਆ? ਦੇਖੋ ਜੀ, ਮੈਨੂੰ ਜਿਹੜੇ ਮਿਲ ਗਏ ਮੈਂ ਕੋਈ ਨਹੀਂ ਛੱਡਣਾ। ਮੈਂ ਤੁਹਾਨੂੰ ਬਲ ਕਹਿੰਦਾ ਕਿ ਮੈਂ ਕੋਈ ਵੀ ਚਾਂਸ ਖਾਲੀ ਨਹੀਂ ਜਾਣ ਦੇਣਾ। ਜਿਸਕੇ ਪਾਸ ਸਾਈਕਲ ਹੋਤਾ ਉਸਕੇ ਪਾਸ ਕਾਰ ਨਹੀਂ ਹੋਤੀ, ਠੀਕ ਹੈ ਨਾ ਜੀ। ਜੇ ਅਸੀਂ ਚਾਹੀਏ ਸਾਈਕਲ ਤੋਂ ਤੁਰੇ, ਅਸੀਂ ਕਾਰ ਲੈਣ ਦੀ ਹਿੰਮਤ ਰੱਖਦੇ ਹਾਂ, ਅਸੀਂ ਚੱਲਾਂਗੇ। ਕਹਿੰਦੇ ਜਿੱਤਣੇ ਵਾਲੇ ਕਿ ਕਭੀ ਹਾਰ ਨਹੀਂ ਹੋਤੀ, ਜਿਨਕੇ ਪਾਸ ਸਾਈਕਲ ਹੋਤਾ ਉਨਕੇ ਪਾਸ ਕਭੀ ਕਾਰ ਨਹੀਂ ਹੋਤੀ। ਪਰ ਅਸੀਂ ਲੈ ਕੇ ਛੱਡਾਂਗੇ, ਲੋਕਾਂ ਨੂੰ ਦਿਖਾ ਕੇ ਛੱਡਾਂਗੇ, ਮਿਹਨਤ ਨਾਲ ਆਏ ਹਾਂ, ਮਿਹਨਤ ਕਰਕੇ ਛੱਡਾਂਗੇ, ਜਦ ਇੱਥੇ ਤੱਕ ਪਹੁੰਚਿਆ ਅੱਗੇ ਵੀ ਜਾਵਾਂਗੇ, ਲੋਕ ਸਾਡਾ ਸਾਥ ਦੇਣਗੇ। ਸੋ ਬਹੁਤ ਧੰਨਵਾਦ ਆ ਜੀ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਲੋਕਾਂ ਦਾ। ਜਾਂਦੇ ਜਾਂਦੇ ਨੀ ਮੈਂ ਸੱਸ ਕੁੱਟਣੀ ਦੇ ਕੋਈ ਡਾਇਲੋਗ ਕਹਿੰਦਾ ਯਾਰ ਵੀ, ਮੈਂ ਕਹੋ ਯਾਰ ਉਹ ਸਾਰੀਆਂ ਵੋਟਾਂ ਕਿਨੂੰ ਪਈ ਜਾਂਦੀ ਪਈਆਂ? ਕਹਿੰਦਾ ਉਸਤਾਦ ਜੀ ਤੁਸੀਂ ਟੈਨਸ਼ਨ ਨਾ ਲਓ, ਅੰਦਰ ਖਾਤੇ ਸਾਡੇ ਕੋਈ। ਮੈਂ ਕਿਹਾ ਕਿਤੇ ਬਾਹਰਲੇ ਖਾਤੇ ਚੱਲ ਜਾਏ, ਦੇਖ ਤੇ ਲਿਆ ਪੰਗੂ। ਉਹ ਕਹਿੰਦਾ ਨਹੀਂ ਨਹੀਂ ਉਸਤਾਦ ਜੀ, ਟੈਨਸ਼ਨ ਨਹੀਂ ਤੁਸੀਂ ਲੈਣੀ। ਅਤੇ ਉਹ ਮੁੰਡਾ ਜਿਹੜਾ ਮੇਰੇ ਨਾਲ ਸੀਗਾ, ਚਾਰ ਸੀਨ ਸੀਗੇ ਉਹਦੇ, ਉਹ ਵਿਚਾਰਾ ਪੂਰਾ ਹੋ ਗਿਆ। 20 ਫਿਲਮਾਂ 'ਚ, ਵੱਡੀਆਂ ਫਿਲਮਾਂ 'ਚ ਸੀਗਾ, ਬੜਾ ਦੁੱਖ ਲੱਗਾ ਯਾਰ। ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ। ਸੋ ਅੱਜ ਮੁਲਾਕਾਤ ਕੀਤੀ ਹੈ ਜੀ ਨੀਟੂ ਸ਼ਟਰਾਂ ਵਾਲੇ ਜੀ ਨਾਲ, ਜਿਹਨਾਂ ਦਿਲ ਬੜਾ ਅੱਛਾ ਹੈ, ਬੜੀ ਅੱਛੀ ਸਾਫ ਨੀਅਤ ਦੇ ਨਾਲ, ਬੜੀ ਅੱਛੀ ਸੋਹਣੀ ਸੀਰਤ ਦੇ ਨਾਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਸੋ ਗੱਲ ਕੀਤੀ ਹੈ ਉਹਨਾਂ ਦੇ ਇੱਕ ਫਿਲਮ ਦੇ ਬਾਰੇ। ਅੱਜ ਉਹਨਾਂ ਦੇ ਨਾਲ ਗੱਲਾਂ ਕਰਕੇ ਲੱਗਿਆ ਕਿ ਵਾਕਈ ਹੀ ਇਜ਼ ਵੈਰੀ ਲੇਜੈਂਡ, ਬਹੁਤ ਅੱਛਾ ਇਨਸਾਨ ਹੈ। ਤੋ ਇਹੋ ਜਿਹੇ ਇਨਸਾਨ ਨੂੰ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਹੈ। ਸੇਂਟ ਸੋਲ ਦੇ ਟਾਈਮ ਤੋਂ ਕੋਮਲ ਸ਼ਰਮਾ ਰਿਪੋਰਟ, ਕੈਮਰਾਮੈਨ ਅਨੁਰਾਗ ਦੇ ਨਾਲ। ਬਹੁਤ ਬਹੁਤ ਥੈਂਕ ਯੂ।